हाँ जी बच्चे ओ अज असी पाठ नंबर 12 सच्ची मित्रता पढ़ांगे। यह जो पाठ है यह एक कहानी है परंतु लिखी यह कविता के रूप में गई है, इसलिए यह ना कविता कह सकते हैं ना स्पैशल कहानी कह सकते हैं, यह एक काव्य कहानी है। तो पेपर के MCQ भी पूछे जा सकता है कि सच्ची मित्रता पाठ की है, कविता है, कहानी है या काव्य काव्य कहानी, इसलिए असी ने काव्य कहानी कहना इन। शुरू करते हाँ जी। एक कुत्ते ते कुकड़ दी सी गूढ़ी पक्की यारी, दे सकते सन एक दूजे लई अपनी जान प्यारी। एक कुत्ता सी एक कुकड़ सी, उन्हां दी दोस्ती सी पक्की, अते ओह एक दूजे लई अपनी जान भी दे सकते सन। एक बारी ओह दोवें दोस्त सैर करन नूं चले, जंगल दे विच रात पै गई, रह गए कलम कले। ਉਹ ਦੋਨੋਂ ਜੰਗਲ ਦੇ ਵਿੱਚ ਚਲੇ ਗਏ ਸੈਰ ਕਰਨ ਦੇ ਲਈ ਅਤੇ ਜੰਗਲ ਦੇ ਵਿੱਚ ਉਹਨਾਂ ਨੂੰ ਰਾਤ ਪੈ ਗਈ ਤਾਂ ਉਹ ਕੱਲਮ ਕੱਲੇ ਜੰਗਲ ਦੇ ਵਿੱਚ ਰਹਿ ਗਏ। ਰਾਤ ਪਈ ਤੇ ਘਰ ਨੂੰ ਮੁੜਨਾ ਹੈ ਸੀ ਬਹੁਤ ਮੁਹਾਲ, ਦੋਹਾਂ ਰਲ ਕੇ ਸੋਚ ਦੌੜਾਈ ਦਿੱਤਾ ਛੱਡ ਖਿਆਲ। ਰਾਤ ਨੂੰ ਘਰ ਮੁੜਨਾ ਬਹੁਤ ਔਖਾ ਸੀ, ਮੁਹਾਲ ਮਤਲਬ ਔਖਾ ਸੀ, ਤਾਂ ਉਹਨਾਂ ਨੇ ਸੋਚਿਆ ਕਿ ਅਸੀਂ ਘਰ ਜਾਣ ਦਾ ਤਾਂ ਉਹਨਾਂ ਨੇ ਖਿਆਲ ਹੀ ਛੱਡ ਦਿੱਤਾ। ਉਹਨਾਂ ਨੇ ਸੋਚਿਆ ਕਿ ਅਸੀਂ ਜੇਕਰ ਘਰ ਗਏ ਤਾਂ ਸਾਨੂੰ ਖਤਰਾ ਹੋ ਸਕਦਾ, ਇਸ ਲਈ ਉਹਨਾਂ ਨੇ ਘਰ ਜਾਣ ਦਾ ਖਿਆਲ ਛੱਡ ਦਿੱਤਾ। ਕੁੱਕੜ ਰੁੱਖ ਦੇ ਉੱਤੇ ਚੜ੍ਹ ਕੇ ਬੇਫਿਕਰੀ ਵਿੱਚ ਸੁੱਤਾ, ਰੁੱਖ ਤਣੇ ਦੇ ਖੋਲ 'ਚ ਵੜ ਕੇ ਲੇਟ ਗਿਆ ਉਹ ਕੁੱਤਾ। ਕੁੱਕੜ ਸੀ ਜਿਹੜਾ ਉਹ ਦਰੱਖਤ ਦੇ ਉੱਤੇ ਚੜ੍ਹ ਕੇ ਸੌਂ ਗਿਆ ਅਤੇ ਜਿਹੜਾ ਕੁੱਤਾ ਸੀ ਉਹ ਤਣੇ ਦੇ ਖੋਲ ਵਿੱਚ ਵੜ ਕੇ ਸੌਂ ਗਿਆ। ਸੁਬਾਹ ਸਵੇਰੇ ਜਾਗਿਆ ਕੁੱਕੜ ਉੱਠ ਕੇ ਦਿੱਤੀ ਵਾਂਗ, ਇੱਕ ਲੂੰਬੜੀ ਜੰਗਲ ਵਿੱਚੋਂ ਆਈ ਮਾਰ ਛਲਾਂਗ। ਸਵੇਰ ਹੋਈ ਤਾਂ ਕੁੱਕੜ ਜਾਗਿਆ ਅਤੇ ਉਹਨੇ ਵਾਂਗ ਦਿੱਤੀ, ਆਵਾਜ਼ ਲਗਾਈ ਤਾਂ ਇਹ ਉਹਦੀ ਵਾਂਗ ਸੁਣ ਕੇ ਇੱਕ ਲੂੰਬੜੀ ਜੰਗਲ ਦੇ ਵਿੱਚੋਂ ਛਲਾਂਗ ਮਾਰ ਕੇ ਆ ਗਈ। ਮੋਟਾ ਕੁੱਕੜ ਦੇਖ ਸਾਹਮਣੇ, ਮੂੰਹ ਵਿੱਚ ਭਰਿਆ ਪਾਣੀ, ਮੋਮੋ ਠਗਣੀ ਬਣ ਕੇ ਬੋਲੀ ਫੇਰ ਲੂੰਬੜੀ ਰਾਣੀ। ਉਹਦੇ ਮੂੰਹ ਵਿੱਚ ਪਾਣੀ ਭਰ ਆਇਆ ਜਦੋਂ ਉਹਨੇ ਕੁੱਕੜ ਨੂੰ ਦੇਖਿਆ ਤਾਂ ਉਹ ਮੋਮੋ ਠਗਣੀ ਬਣ ਕੇ ਬੋਲੀ, ਆਵਾਜ਼ ਤੇਰੀ ਮਿੱਠੀ ਮਨਮੋਹਣੀ, ਤੂੰ ਜੰਗਲ ਦਾ ਰਾਜਾ, ਮੈਂ ਤੇਰੇ ਦਰਸ਼ਨ ਲਈ ਆਈ ਹੇਠਾਂ, ਆ ਜਾ ਆ ਜਾ। ਉਹ ਕਹਿਣ ਲੱਗੀ ਕਿ ਤੂੰ ਜੰਗਲ ਦਾ ਰਾਜਾ, ਤੇਰੀ ਆਵਾਜ਼ ਬਹੁਤ ਸੋਹਣੀ ਹੈ, ਮੈਂ ਤੇਰੇ ਦਰਸ਼ਨ ਲਈ ਆਈ ਹਾਂ, ਤੂੰ ਹੇਠਾਂ ਆ ਜਾ। ਹੇਠਾਂ ਚੁੱਕ ਕੇ ਦਰਸ਼ਨ ਕਰ ਲਾਂ, ਜਨਮ ਸਫਲ ਹੋ ਜਾਵੇ, ਐਸੀ ਘੜੀ ਸੁਲੱਖਣੀ ਛਾਲਾ ਮੇਰੇ ਭਾਗੀ ਆਵੇ। ਉਹ ਕਹਿਣ ਲੱਗੀ ਕਿ ਤੂੰ ਹੇਠਾਂ ਆ ਜਾ, ਮੈਂ ਤੇਰੇ ਦਰਸ਼ਨ ਕਰਨੇ ਨੇ। ਕੁੱਕੜ ਬਹੁਤ ਸਿਆਣਾ ਸੀ, ਗਿਆ ਉਹ ਤਾੜ ਚਲਾਕੀ, ਉਸਨੇ ਦਿੱਤਾ ਢੁਕਵਾਂ ਉੱਤਰ, ਖੋਲ ਅਕਲ ਦੀ ਤਾਕੀ। ਜਿਹੜਾ ਕੁੱਕੜ ਸੀ ਉਹ ਸਿਆਣਾ ਸੀ, ਉਹਨੇ ਸੋਚਿਆ ਕਿ ਮੈਂ ਜੇਕਰ ਹੇਠਾਂ ਆ ਗਿਆ ਤਾਂ ਲੂੰਬੜੀ ਮੈਨੂੰ ਖਾ ਜਾਵੇਗੀ, ਇਸ ਲਈ ਉਹਨੇ ਜਵਾਬ ਦਿੱਤਾ। ਉਹ ਕਹਿਣ ਲੱਗਿਆ, ਠੀਕ ਕਿਹਾ ਤੂੰ ਲੂੰਬੜੀ ਰਾਣੀ, ਮੈਂ ਜੰਗਲ ਦਾ ਰਾਜਾ, ਦਰਬਾਨ ਮੇਰਾ ਹੇਠਾਂ ਸੁੱਤਾ, ਉਸਨੂੰ ਜ਼ਰਾ ਜਗਾ ਜਾ। ਉਹ ਕਹਿਣ ਲੱਗਾ ਕਿ ਤੂੰ ਸਹੀ ਕਹਿੰਦੀ ਹੈ, ਮੈਂ ਜੰਗਲ ਦਾ ਰਾਜਾ, ਪਰ ਮੇਰਾ ਹੇਠਾਂ ਇੱਕ ਦਰਬਾਨ ਸੁੱਤਾ ਪਏਗਾ, ਮੇਰਾ ਸਿਪਾਹੀ ਕੁੱਤਾ ਹੇਠਾਂ ਸੁੱਤਾ ਪਿਆ, ਤੂੰ ਉਹਨੂੰ ਜਗਾ ਪਹਿਲਾਂ। ਉਹ ਜਾਗੂ ਮੈਂ ਥੱਲੇ ਆਊਂ, ਕਰੀ ਦਰਸ਼ਨ ਰੱਜ ਕੇ, ਮੇਰੀ ਗੱਲ ਨੂੰ ਮੰਨ ਲੈ ਭੈਣੇ, ਜਾਈ ਨਾ ਹੁਣ ਭੱਜ ਕੇ। ਉਹ ਕਹਿੰਦਾ ਵੀ ਉਹ ਜਦੋਂ ਜਾਗ ਪਿਆ ਤਾਂ ਮੈਂ ਹੇਠਾਂ ਆ ਜਾਊਂਗਾ, ਤੂੰ ਭੱਜ ਕੇ ਨਾ ਜਾਈ ਹੁਣ। ਰੁੱਖ ਦੇ ਬਲ ਨੂੰ ਵਧੀ ਲੂੰਬੜੀ, ਲਾਲਚ ਸੁਰਤ ਗਵਾਈ, ਇੰਨੇ ਨੂੰ ਕੁੱਤਾ ਵੀ ਉੱਠਿਆ ਲੈ ਕੇ ਇੱਕ ਅੰਗੜਾਈ। ਜਦ ਉਹ ਦਰਖਤ ਦੇ ਵੱਲ ਨੂੰ ਵਧੀ ਲੂੰਬੜੀ ਤਾਂ ਕੁੱਤਾ ਜਾਗ ਪਿਆ, ਦੇਖ ਲੂੰਬੜੀ ਝਪਟਿਆ ਕੁੱਤਾ, ਲੂੰਬੜੀ ਨੂੰ ਦੇਖ ਕੇ ਕੁੱਤਾ ਉਹਦੇ ਮਾਂਗਰ ਪੈ ਗਿਆ। ਇਸ ਤਰ੍ਹਾਂ ਉਹਨੇ ਆਪਣੇ ਦੋਸਤ ਕੁੱਕੜ ਦੀ ਜਾਨ ਬਚਾ ਲਈ। ਇਸ ਪਾਠ ਦੇ ਜੋ ਪ੍ਰਸ਼ਨ ਉੱਤਰ ਸੀ ਉਹ ਅਸੀਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਧੰਨਵਾਦ ਜੀ।